ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਦੂਵਾਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਰਪ੍ਰੀਤ ਸਿੰਘ ਮਖੂ ਬੇਨਤੀ ਕਰ ਰਿਹਾ, ਚੜ੍ਹਦੀ ਕਲਾ ਚੋ। ਬਿਲਕੁਲ, ਵਾਹਿਗੁਰੂ ਦੀ ਅਪਾਰ ਕਿਰਪਾ ਜੀ। ਜੀ ਦਦੂਵਾਲ ਸਾਹਿਬ, ਇੱਕ ਜਾਣਕਾਰੀ ਦਿਓ, ਬੰਦੀ ਸਿੰਘ ਭਾਈ ਗੁਰਦੀਪ ਸਿੰਘ ਜੀ ਖੇੜਾ ਜੀ ਵੱਲੋਂ ਇੱਕ ਤੁਹਾਡੇ ਤੇ ਬਹੁਤ ਵੱਡਾ ਇਲਜ਼ਾਮ ਹੈ। ਹਾਂਜੀ, ਉਹ ਕਹਿੰਦੇ ਬੰਦੀ ਸਿੰਘਾਂ ਦੇ ਕਾਰਜ ਦੇ ਵਿੱਚ ਰੁਕਾਵਟ ਹੀ ਬਣਦੇ ਨੇ। ਉਹਨਾਂ ਨੇ ਇੱਕ ਤੇ ਨਾਮ ਲਿਆ ਭਾਈ ਜਸਬੀਰ ਸਿੰਘ ਜੀ ਰੋਡੇ ਜੀ ਦਾ, ਤੇ ਦੂਸਰਾ ਉਹਨਾਂ ਨੇ ਨਾਮ ਲਿਆ ਭਾਈ ਬਲਜੀਤ ਸਿੰਘ ਦਾਦੂਵਾਲ ਜੀ ਦਾ। ਤੇ ਮੈਂ ਜਾਣਨਾ ਚਾਹੁੰਦਾ ਵੀ ਬੰਦੀ ਸਿੰਘਾਂ ਦੇ ਜੇ ਛੁਟਕਾਰਾ ਹੁੰਦਾ ਆ, ਜੇ ਬੰਦੀ ਸਿੰਘ ਲੰਮਾ ਸਮਾਂ ਜੇਲ੍ਹਾਂ ਦੇ ਵਿੱਚ ਰਹਿ ਚੁੱਕੇ ਨੇ, ਜਵਾਨੀਆਂ ਆਪਣੀਆਂ ਜੇਲ੍ਹਾਂ ਦੇ ਵਿੱਚ ਲਾਤੀਆਂ ਨੇ ਲੇਖੇ, ਉਹ ਕੋਈ ਨਿੱਜ ਸਵਾਰਥ ਲਈ ਨਹੀਂ ਸੀ ਗਏ, ਜੇ ਹੁਣ ਉਹਨਾਂ ਦਾ ਛੁਟਕਾਰਾ ਹੁੰਦਾ ਆ ਤੇ ਇਹਦੇ ਵਿੱਚ ਸਵਾਲ ਹੈ ਵੀ ਤੁਹਾਨੂੰ ਰੁਕਾਵਟ ਕੀ ਹੈ, ਦਿੱਕਤ ਕਿਸ ਗੱਲ ਦੀ ਹੈ ਵੀ ਤੁਸੀਂ ਰੁਕਾਵਟ ਕਿਉਂ ਬਣਦੇ ਹੋ? ਦੇਖੋ, ਪਹਿਲੀ ਗੱਲ ਤਾਂ ਇਹ ਆ ਭਾਈ ਹਰਪ੍ਰੀਤ ਸਿੰਘ ਦੀ ਕਿ ਜਿਹੜੇ ਬੰਦੀ ਸਿੰਘ ਨੇ, ਜਿਸ ਤਰ੍ਹਾਂ ਜਥੇਦਾਰ ਹਵਾਰਾ ਸਾਹਿਬ, ਭਾਈ ਗੁਰਮੀਤ ਸਿੰਘ ਇੰਜੀਨੀਅਰ, ਭਾਈ ਸ਼ਮਸ਼ੇਰ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਜਗਤਾਰ ਸਿੰਘ ਤਾਰਾ, ਭਾਈ ਭਿਓਰਾ, ਉਹਨਾਂ ਸਾਰਿਆਂ ਨੂੰ ਪੁੱਛ ਕੇ ਆਓ ਤੁਸੀਂ ਕਦੇ ਵੀ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਆ ਕਿ ਜਾਂ ਹਰਿਆਈਆਂ ਲਈ ਯਤਨ ਹੋ ਰਹੇ ਆ। ਅਸਲ ਜਿਹੜੀ ਕਹਾਣੀ ਆ ਭਾਈ ਖੇੜਾ ਸਾਹਿਬ ਦੀਆਂ, ਪਹਿਲੀਆਂ ਇੰਟਰਵਿਊ ਵੀ ਸੁਣੋ ਜਦੋਂ ਇਹ ਪਹਿਲੀ ਵਾਰ ਪਰੋਲ ਤੇ ਆਏ ਆ, ਉਸ ਤੋਂ ਬਾਅਦ ਦੀਆਂ ਇੱਕ ਦੋ ਪਰੋਲਾਂ ਦੀਆਂ ਜਿਹੜੀਆਂ ਇਹਨਾਂ ਦੀ ਇੰਟਰਵਿਊ ਸੁਣੋ ਤੇ ਤੁਹਾਨੂੰ ਸਪਸ਼ਟ ਹੋ ਜਾਵੇਗਾ ਕਿ ਜਿਨ੍ਹਾਂ ਦੇ ਉਹਨਾਂ ਨੇ ਨਾਂ ਲਏ ਉਹਨਾਂ ਵੱਲੋਂ ਰੁਕਾਵਟ ਨਹੀਂ, ਸਗੋਂ ਉਹਨਾਂ ਦਾ ਧੰਨਵਾਦ ਕਰ ਰਹੇ ਆ ਤੇ ਉਹਨਾਂ ਦੇ ਸਹਿਯੋਗ ਦਾ ਜ਼ਿਕਰ ਕਰ ਰਹੇ ਆ। ਹੁਣ ਕਹਾਣੀ ਕੀ ਹੋਈ ਆ ਕਿ ਪੰਜਾਬੀ ਦੀ ਕਹਾਵਤ ਤਾਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਜਿਹਦੀ ਖਾਈਏ ਬਾਜਰੀ ਉਹਦੀ ਭਰੀਏ ਹਾਜ਼ਰੀ। ਉਹ ਹੁਣ ਅਸਲ ਬਾਜਰੀ ਜਿਹੜੀ ਬਾਦਲਾਂ ਦੀ ਖਾਣ ਲੱਗ ਗਏ ਆ, ਬਾਦਲਾਂ ਦੇ ਇਸ਼ਾਰੇ ਤੇ SGPC ਦੀ ਬਾਜਰੀ ਖਾਣ ਲੱਗ ਗਏ ਆ, ਤਾਂ ਜਦੋਂ ਬਾਜਰੀ ਹੁਣ ਬਾਦਲਾਂ ਦੀ ਖਾ ਰਹੇ ਨੇ ਭਾਈ ਖੇੜਾ ਸਾਹਿਬ, ਉਹ ਸਪੈਸ਼ਲ ਉਹਨਾਂ ਨੂੰ ਜੋੜ ਮੇਲੇ ਤੇ ਸਟੇਜ ਮੁਹੱਈਆ ਕਰਾ ਰਹੇ ਨੇ, ਸਪੈਸ਼ਲ ਟਾਈਮ ਦੇ ਰਹੇ ਨੇ ਉੱਥੇ ਭਾਈ ਖੇੜਾ ਨੂੰ, ਤੇ ਉਹ ਜਿਹੜਾ ਹੋਮਵਰਕ ਦਿੱਤਾ ਉਹ ਹੋਮਵਰਕ ਜਿਹੜਾ ਭਾਈ ਖੇੜਾ ਉਹ ਕਰ ਰਹੇ ਨੇ। ਹੋਮਵਰਕ ਦੇ ਵਿੱਚ ਪੰਜਾਬ ਦੇ ਹੋਰ ਬੜੇ ਨਾਮੀ ਸੰਤ ਨੇ ਜਾਂ ਜਥੇਦਾਰ ਨੇ, ਪੰਥਕ ਤੌਰ ਤੇ ਵਿਚਰਨ ਵਾਲੇ ਨੇ, ਉਹਨਾਂ ਦਾ ਨਾਮ ਕਿਉਂ ਨਹੀਂ ਲਿਆ, ਤੁਹਾਡਾ ਹੀ ਨਾਮ ਕਿਉਂ ਲਿਆ, ਟਾਰਗੇਟ ਤੁਸੀਂ ਕਿਉਂ ਹੋਏ ਹੋ, ਦਾਦੂਵਾਲ ਜੀ ਟਾਰਗੇਟ ਕਿਉਂ ਹੋਏ ਨੇ, ਕੋਈ ਤਾਂ ਗੱਲਬਾਤ ਹੋਵੇਗੀ। ਇਹ ਭਾਈ ਖੇੜਾ ਜੀ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਬੋਲਿਆ, ਉਹਨੇ ਵੀ ਕਿਸੇ ਨਾਮੀ ਸੰਤ ਦਾ ਨਾਂ ਤਾਂ ਨਹੀਂ ਲਿਆ ਨਾ, ਕਿਸੇ ਜਥੇਦਾਰ ਦਾ ਨਹੀਂ ਲਿਆ, ਸੁਖਬੀਰ ਸਿੰਘ ਬਾਦਲ ਨੇ ਵੀ ਤਾਂ ਮੇਰਾ ਹੀ ਲਿਆ। ਔਰ ਉਸ ਤੋਂ ਬਾਅਦ ਕੱਲ ਲੌਂਗੋਵਾਲ ਦੀ ਬਰਸੀ ਤੇ ਬੋਲਿਆ ਸੁਖਬੀਰ ਸਿੰਘ ਬਾਦਲ, ਉੱਥੇ ਵੀ ਮੇਰਾ ਲਿਆ। ਪਰ ਮੈਂ ਇੱਕ ਗੱਲੋਂ ਧੰਨਵਾਦ ਕਰਾਉਣਾ ਇਹਨਾਂ ਦਾ, ਸਾਲੇ ਕਰਦਾ ਵਾ ਸਾਲੇ ਬਣੋਈਏ ਦਾ, ਕਿ ਬਾਬਾ ਬਕਾਲਾ ਸਾਹਿਬ ਦੀ ਧਰਤੀ ਬੜੀ ਪਵਿੱਤਰ ਧਰਤੀ ਆ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ 2.5 ਦਹਾਕਿਆਂ ਤੋਂ ਵੱਧ ਸਮਾਂ ਉੱਥੇ ਤਪ ਕੀਤਾ। ਮੈਂ ਬਚਪਨ ਦੇ ਵਿੱਚ ਉੱਥੇ ਬਹੁਤ ਜਾਂਦਾ ਰਿਹਾ ਇਸ ਜੋੜ ਮੇਲੇ ਤੇ, ਕਿਉਂਕਿ ਮੇਰੇ ਮਾਝੇ ਦੇ ਇਲਾਕੇ ਜਾਂ ਮੇਰਾ ਜਨਮ ਉੱਥੋਂ ਦਾ, ਔਰ ਮੈਂ ਬਕਾਇਦਾ ਬੱਸਾਂ ਤੇ ਟਰੈਕਟਰ ਟਰਾਲੀਆਂ ਤੇ ਸੰਗਤਾਂ ਦੇ ਨਾਲ ਉੱਥੇ ਧਾਰਮਿਕ ਜੋੜ ਮੇਲੇ ਦੀ ਹਾਜ਼ਰੀ ਭਰਦਾ ਰਿਹਾ। ਹੁਣ ਜਦੋਂ ਦੀ ਤਕਰੀਬਨ ਪਿਛਲੇ 28-30 ਸਾਲਾਂ ਤੋਂ ਇੱਧਰ ਹਰਿਆਣੇ 'ਚ ਸੇਵਾ ਲੱਗੀ, ਉੱਥੋਂ ਆਲਵਰਡ ਦੇ ਵਿੱਚ ਧਰਮ ਪ੍ਰਚਾਰ ਲਈ ਗਿਆ। ਹੁਣ ਮੈਂ ਬਾਬਾ ਬਕਾਲਾ ਸਾਹਿਬ ਦਰਸ਼ਨ ਕਰਨ ਤਾਂ ਜਾਂਦਾ ਅੱਗੇ ਪਿੱਛੇ, ਪਰ ਮੈਂ ਕਦੇ ਜੋੜ ਮੇਲੇ ਤੇ ਨਹੀਂ ਪੁੱਛ ਸਕਿਆ। ਮੈਂ ਸਾਲੇ ਭਣੋਈਏ ਦਾ ਧੰਨਵਾਦ ਕਰਦਾ, ਪਿਛਲੇ ਸਾਲ ਵਿਕਰਮ ਸਿੰਘ ਮਜੀਠੀਆ ਨੇ ਮੇਰੀ ਹਾਜ਼ਰੀ ਲਵਾਈ ਸੀ ਉੱਥੇ, ਤੇ ਇਸ ਵਾਰ ਸੁਖਬੀਰ ਸਿੰਘ ਬਾਦਲ ਨੇ ਲਾਈ ਤੇ ਨਾਲ ਹੀ ਭਾਈ ਖੇੜਾ ਤੋਂ ਲਵਾ ਦਿੱਤੀ। ਇਸ ਗੱਲੋਂ ਮੈਂ ਇਹਨਾਂ ਦਾ ਧੰਨਵਾਦੀ ਹਾਂ। ਪਰ ਜਿਹੜੀਆਂ ਭਾਈ ਖੇੜਾ ਨੇ ਗੱਲਾਂ ਕੀਤੀਆਂ, ਸਵਾਲ ਹਾਜ਼ਰੀ ਦਾ ਨਹੀਂ, ਕਿ ਹਾਜ਼ਰੀ ਲੱਗੀ, ਸਵਾਲ ਹੈ ਵੀ ਕਿਸ ਤਰੀਕੇ ਦੀ ਹਾਜ਼ਰੀ ਲੱਗੀ। ਗੱਲ ਤੇ ਇਹ ਵੀ ਆ ਨਾ, ਉਹ ਕਹਿੰਦੇ ਬੰਦੀ ਸਿੰਘਾਂ ਦੇ ਕਾਰਜ ਦੇ ਵਿੱਚ ਰੁਕਾਵਟ ਨੇ ਇਹ ਬਹੁਤ ਵੱਡੀ।
ਮੈਂ ਤਾਂ ਹੀ ਤਾਂ ਕਹਿ ਰਿਹਾ ਨਾ ਕਿ ਭਾਈ ਖੈੜਾ ਜਿਹੜੇ ਨੇ ਸੋਚ ਆਪੋ ਆਪਣੀਆਂ ਜਿੰਨੀਆਂ ਲਾਹਣ ਤਾਂ ਸੰਸਾਰ ਤੋਂ ਪਈਆਂ ਨੇ ਭਾਈ ਖੈੜਾ ਨੂੰ, ਕੋਈ ਫੇਸਬੁੱਕ ਪੇਜ ਖੋਲ ਕੇ ਦੇਖ ਲਓ, ਕੋਈ ਕਿਸੇ ਦੀ ਇੰਟਰਵਿਊ ਖੋਲ ਕੇ ਦੇਖ ਲਓ, ਜਿੰਨੀਆਂ ਲਾਹਨਤਾਂ ਪਈਆਂ ਤੇ ਉਹਨਾਂ ਲਾਹਨਤਾਂ ਤੋਂ ਡਰਦੇ ਹੁਣ ਭਾਈ ਖੈੜਾ ਸਾਹਿਬ ਨੇ ਆਪਣੇ ਆਪ ਨੂੰ ਅੰਦਰ ਬੰਦ ਕਰ ਲਿਆ, ਹੁਣ ਟੀਵੀ ਚੈਨਲ ਜਾ ਰਹੇ ਆ ਹੁਣ ਇੰਟਰਵਿਊ ਨੀ ਦਿੰਦੇ। ਭਾਈ ਜਸਵੀਰ ਸਿੰਘ ਮੁਕਤਸਰ ਉਹ ਗਏ ਆਪਣੇ ਜਸਵੀਰ ਸਿੰਘ ਟਾਕ ਵਾਸਤੇ ਮੁਲਾਕਾਤ ਕਰਨ ਵਾਸਤੇ ਉਹਨਾਂ ਦੇ ਨਾਲ, ਤੇ ਉਹਨਾਂ ਨੂੰ ਕਹਿੰਦੇ ਜੀ ਮੈਨੂੰ ਤਾਂ ਏਜੰਸੀਆਂ ਨੇ ਮਨਾ ਕਰਤਾ, ਮੈਂ ਤਾਂ ਆਖੇ ਦੇ ਨੀ ਸਕਦਾ, ਸ਼ਾਇਦ ਤੁਸੀਂ ਵੀ ਯਤਨ ਕੀਤਾ ਵਾ ਤੁਹਾਨੂੰ ਵੀ ਉਹਨਾਂ ਨੇ ਇੰਟਰਵਿਊ ਤੋਂ ਮਨਾ ਕਰਤਾ। ਇੱਕ ਬੰਦਾ ਖੁੱਲੇ ਪੰਡਾਲ ਚ ਸਟੇਜ ਤੇ ਜਾ ਕੇ ਖੁੱਲੇ ਪ੍ਰੋਗਰਾਮ ਚ ਬੋਲ ਰਿਹਾ ਤੇ ਕੋਈ ਪਾਬੰਦੀ ਨੀ ਆ। ਹੁਣ ਪਤਾ ਜਦੋਂ ਸਵਾਲ ਜਵਾਬ ਹੋਣੇ ਆ, ਨਾਲੇ ਹੁਣ ਜਿਹੜਾ ਸੱਚ ਸਾਹਮਣੇ ਆ ਗਿਆ ਵੀ ਇਹਨਾਂ ਬੰਦਿਆਂ ਨੇ ਤੇ ਮਦਦ ਹੀ ਬੜੀ ਕੀਤੀ। ਹੁਣ ਪਹਿਲੀ ਇੰਟਰਵਿਊ ਮੈਂ ਸੁਣ ਰਿਹਾ ਸੀ ਭਾਈ ਖੈੜਾ ਦੀ, ਜਦੋਂ ਪਹਿਲੀ ਪੈਰੋਲ ਤੇ ਆਏ ਆ ਭਾਈ ਰਘਵੀਰ ਸਿੰਘ ਨਾਲ ਵਾਜੇ ਕੌਮ ਤੇ, ਤੇ ਉਹਦੇ ਤੇ ਵਾਰ ਵਾਰ ਕਹਿ ਰਹੇ ਵੀ ਜਹੇਦਾਰ ਰੋਡੇ ਸਾਹਿਬ ਨੇ ਬੜੀ ਮਦਦ ਕੀਤੀ ਆ, ਇੰਨੇ ਪੈਸੇ ਦਿੱਤੇ ਆ, ਇੰਨੇ ਫਲਾਣਿਆਂ ਨੇ ਦਿੱਤੇ, ਬਾਹਰ ਵਾਲੇ ਸਿੱਖਾਂ ਨੇ ਦਿੱਤੇ ਆ। ਹੁਣ ਅੱਜ ਬਾਹਰ ਵਾਲੇ ਸਿੱਖਾਂ ਨੂੰ ਗਾਲਾਂ ਕੱਢ ਰਹੇ ਸੀਗੇ, ਅੱਜ ਕਹਿ ਰਹੇ ਕੁਝ ਬਾਹਰ ਬੈਠੇ ਆ ਇਹ ਸਾਡੇ ਨਾਂ ਤੇ ਬੰਦੀ ਸਿੰਘਾਂ ਦੇ ਪੈਸੇ ਇਕੱਠੇ ਕਰ ਲੈਂਦੇ, ਇੱਥੇ ਆਪਣੇ ਪਰਿਵਾਰ ਪਾਲਦੇ ਆ ਤੇ ਬਾਹਰ ਆਪ ਮੌਜਾਂ ਕਰਦੇ ਆ, ਪਹਿਲਾਂ ਉਹਨਾਂ ਦੇ ਸੋਹਲੇ ਗਾਰੇ। ਕਾਰਨ ਕੀ ਆ ਕਿ ਸਾਡੇ ਵੱਲੋਂ ਦਿੱਤੀ ਹੋਈ ਸਹਾਇਤਾ ਹੁਣ ਛੋਟੀ ਪੈ ਗਈ ਆ, ਕਿਉਂਕਿ ਸਾਡੇ ਸੋਰਸ ਛੋਟੇ ਆ, ਸਾਡੀ ਸਹਾਇਤਾ ਛੋਟੀ ਪੈ ਗਈ ਆ। ਹੁਣ ਜਿਹੜੀ ਸਹਾਇਤਾ ਜਿਹੜੀ ਆ ਬਾਦਲ ਦੇ ਰਹੇ ਆ, ਜਿਹੜੀ ਬਾਜਰੀ ਬਾਦਲ ਪਾ ਰਹੇ ਆ, SGPC ਕਹਿੰਦੇ ਆ ਸਕਾਰਪੀਓ ਗੱਡੀ ਦਿੱਤੀ ਹੋਈ ਆ, ਹੁਣ ਸ਼ਾਇਦ ਫਾਰਚੂਨਰ ਲੈ ਕੇ ਦੇ ਰਹੇ ਆ। ਅੱਛਾ, ਤੇ ਫਿਰ ਉਹ ਭਾਈ ਖੈੜਾ ਸਾਹਿਬ ਹੁਣ ਉਹਨਾਂ ਦੀ ਬੋਲੀ ਕਿਉਂ ਨਾ ਬੋਲਣ। ਮੈਂ ਭਾਈ ਖੈੜਾ ਨੂੰ ਕਹਿੰਦਾ ਤੁਸੀਂ ਲੈ ਲਓ 1-on-1 ਭਾਈ ਖੈੜੇ ਨੂੰ ਮੇਰੇ ਨਾਲ, ਭਾਈ ਖੈੜਾ ਨੂੰ ਇਹ ਪੁੱਛੋ ਮੈਂ ਤਾਂ ਜਾਣਦਾ ਨੀ ਸੀਗਾ, ਪਰ ਭਾਈ ਖੈੜਾ ਮੇਰਾ ਧੰਨਵਾਦ ਕਰਨ ਵਾਸਤੇ ਗੁਰਦੁਆਰਾ ਦਾਦੂ ਸਾਹਿਬ ਕਿਉਂ ਆਏ ਸੀ, ਇੱਕ ਸਟੇਟ ਲੰਘ ਕੇ ਜਦੋਂ ਕਿ ਇਹਨਾਂ ਨੂੰ ਪੈਰੋਲ ਦੇ ਦੌਰਾਨ ਕੰਡੀਸ਼ਨਾਂ ਹੁੰਦੀਆਂ ਨੇ ਕਿ ਆਪਣਾ ਜ਼ਿਲ੍ਹਾ ਨਹੀਂ ਛੱਡ ਸਕਦੇ, ਇਹਨਾਂ ਨੇ ਜ਼ਿਲ੍ਹਾ ਛੱਡ ਕੇ ਆਪਣੀ ਪੂਰੀ ਸਟੇਟ ਪੰਜਾਬ ਲੰਘ ਕੇ ਹਰਿਆਣੇ ਵਿੱਚ ਆਏ ਗੁਰਦੁਆਰਾ ਦਾਦੂ ਸਾਹਿਬ ਦਫ਼ਤਰ ਦੀਆਂ ਫੋਟੋਆਂ ਮੈਂ ਤੁਹਾਨੂੰ ਵੀ ਭੇਜ ਦਿਆਂਗਾ, ਤੁਸੀਂ ਨਸ਼ਰ ਕਰ ਸਕਦੇ ਹੋ, ਕਿ ਮੇਰੇ ਦਫ਼ਤਰ 'ਚ ਬੈਠ ਕੇ ਮੇਰਾ ਧੰਨਵਾਦ ਕਰ ਗਏ ਤੇ ਬਾਦਲਾਂ ਨੂੰ ਗਾਲਾਂ ਕੱਢ ਕੇ ਗਏ, ਕਿਉਂਕਿ ਬਾਦਲ ਵੱਡੀ ਰੁਕਾਵਟ ਸੀ ਉਹ ਭਾਈ ਭੁੱਲਰ ਦੀ, ਪੰਜਾਬ ਸ਼ਿਫਟਿੰਗ ਵਿੱਚ ਵੀ ਕਹਿੰਦੇ ਅੱਤਵਾਦੀ ਆ ਭੁੱਲਰ, ਤਾਂ ਇਹਦੇ ਨਾਲ ਪੰਜਾਬ 'ਚ ਅਮਨ ਸ਼ਾਂਤੀ ਨੂੰ ਖਤਰਾ ਵਾ, ਤੇ ਖੈੜਾ ਨੂੰ ਹੁਣ ਅੱਜ ਖੈੜਾ ਕਹਿ ਰਿਹਾ ਮੈਂ ਤਾਂ ਇਸ ਗੱਲੋਂ ਖੈੜਾ ਸਾਹਿਬ ਨੂੰ ਚਲੋ ਕੁਰਬਾਨੀ ਕਰਕੇ ਧੰਨਵਾਦ ਕਰਦੇ ਕਿ ਲੰਮਾ ਸਮਾਂ ਜੇਲ੍ਹ ਵਿੱਚ ਰਹੇ, ਇਸ ਕਰਕੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ, ਪਰ ਉਹ ਤਾਂ ਜਿਨ੍ਹਾਂ ਨੇ ਉਹਨਾਂ ਦੀ ਜੇਲ੍ਹ ਤਬਦੀਲੀ ਕਰਾਈ, ਪਰੋਲਾਂ ਦਵਾਈਆਂ ਬਾਪੂ ਸੂਰਤ ਸਿੰਘ ਨੂੰ ਭੁੱਲ ਗਏ, ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਭੁੱਲ ਗਏ, ਜਿਨ੍ਹਾਂ ਦੇ ਸੰਘਰਸ਼ ਕਰਕੇ ਇਹਨਾਂ ਨੂੰ ਪਰੋਲਾਂ ਮਿਲਣ ਲੱਗੀਆਂ। ਮੈਨੂੰ ਕਾਲ ਆਈ ਅੱਜ ਸਵੇਰੇ ਸਰਦਾਰ ਪਾਲ ਸਿੰਘ ਫਰਾਂਸ ਦੀ, ਮੈਨੂੰ ਕਹਿੰਦੇ ਮਖੂ ਸਾਹਿਬ ਵੀ ਅਸੀਂ ਬੰਦੀ ਸਿੰਘ ਰਿਹਾਈ ਮੋਰਚਾ ਉੱਥੇ ਬੈਠੇ ਹੋਏ ਹਾਂ ਚੰਡੀਗੜ੍ਹ, ਕਹਿੰਦੇ ਬੜੀ ਹੈਰਾਨਗੀ ਉਸ ਗੱਲ ਦੀ ਹੋਈ ਵੀ ਜਿਸ ਦਿਨ ਕਹਿੰਦੇ ਵੀ ਭਾਈ ਖੈੜਾ ਜੀ ਦਾ ਸਟੰਟ ਪਿਆ ਨਾ ਗੁਰੂ ਰਾਮਦਾਸ ਹਸਪੀਟਲ ਦੇ ਵਿੱਚ, ਇਹ ਕਹਿੰਦੇ ਵੀ ਦੇਖੋ ਮੈਂ ਪ੍ਰੋਬਲਮ ਦੇ ਵਿੱਚ ਹਾਂ, ਇਹ ਨਾ ਹੋਵੇ ਸਾਨੂੰ ਕੱਲ ਫਿਰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਵੇ, ਤੇ ਕਹਿੰਦੇ ਅਸੀਂ ਐਕਸਟੈਂਸ਼ਨ ਦਵਾਈ, ਕਹਿੰਦੇ ਮੈਂ ਬਕਾਇਦਾ ਬੜੀ ਆਪਣੀ ਪੋਲੀਟੀਕਲ ਜਿੱਥੋਂ ਤੱਕ ਪਹੁੰਚ ਕਰ ਸਕਦੇ ਸੀ ਵੀ ਚਲੋ ਬੰਦੀ ਸਿੰਘਾਂ ਦੀ ਖਾਤਰ ਕਰਨਾ ਆ, ਕਹਿੰਦੇ ਕੀਤੀ, ਕਹਿੰਦੇ ਹੁਣ ਉਹ ਪੋਲੀਟੀਕਲ ਬੰਦੇ ਮੈਨੂੰ ਮਿਹਣੇ ਮਾਰਦੇ ਪਏ ਨੇ, ਭੈਣ ਕੋਲੇ ਚਲੇ ਗਏ ਸੀ ਤੇ ਉਹ ਕੋਈ ਪਰਿਵਾਰ ਇਹਨਾਂ ਦੀ ਜ਼ਮੀਨ ਤੇ ਕਬਜ਼ਾ, ਘਰ ਦੇ ਕਬਜ਼ਾ ਕੋਈ ਕਰ ਰਿਹਾ ਸੀ ਤੇ ਇਹਨਾਂ ਨੇ ਤਰਲੇ ਲਏ ਕਿ ਮੈਂ ਪੈਰੋਲ ਤੇ ਆਉਣਾ, ਉਧਰੋਂ ਕੋਈ ਚੋਣ ਜਾਬਤਾ ਲੱਗਿਆ ਇਹਨਾਂ ਨੂੰ ਪੈਰੋਲ ਨਹੀਂ ਮਿਲ ਰਹੀ, DC ਅੰਮ੍ਰਿਤਸਰ ਦਸਖਤ ਨਹੀਂ ਸੀ ਕਰ ਰਿਹਾ, ਇਹਨਾਂ ਦੇ ਮੈਨੂੰ ਜੇਲ੍ਹ ਚੋਂ ਫੋਨ ਆਉਣ
ਤੇ ਜਿਹੜੇ ਇਹਨਾਂ ਦੀ ਵਾਈਫ ਆ ਉਹਨਾਂ ਦੇ ਘਰੋਂ ਫੋਨ ਆਉਣ ਵੀ ਜਿੱਦਾਂ ਮਰਜ਼ੀ ਕਰੋ ਜਹੇਦਾਰ ਦਾਦੂਗਲ ਸਾਹਿਬ ਸਾਡੇ ਜਿਹੜੇ ਕੰਮ ਕਰਾ ਕੇ ਦਓ ਤੇ ਉਹ ਮੇਰੇ ਜ਼ਿਲ੍ਹੇ ਦੇ ਆ ਸੁਖਜਿੰਦਰ ਸਿੰਘ ਰੰਧਾਵਾ ਉਹ ਜੇਲ੍ਹ ਮੰਤਰੀ ਸੀਗੇ ਜੀ ਮੈਂ ਉਹਨਾਂ ਨੂੰ ਰਿਕੁਐਸਟ ਅਪੀਲ ਕੀਤੀ ਮੈਂ ਕਿਹਾ ਰੰਧਾਵਾ ਸਾਹਿਬ ਵੀ ਬੰਦੀ ਸਿੰਘ ਆ ਤੇ ਇਹਨਾਂ ਨੇ ਸਾਰੀ ਉਮਰ ਜੇਲ੍ਹ 'ਚ ਕੱਢ ਲਈ ਤੇ ਇਹਨਾਂ ਦਾ ਇੱਦਾਂ ਪਰਿਵਾਰਕ ਮਸਲਾ ਅੜਿਆ ਤੇ ਜਿੱਦਾਂ ਮਰਜ਼ੀ ਕਰੋ ਵੀ ਡੀਸੀ ਅੰਮ੍ਰਿਤਸਰ ਨੂੰ ਕਹੋ ਵੀ ਉਹ ਦਸਖਤ ਕਰੇ ਉਹਨਾਂ ਦੀ ਪਰੋਲ ਤੇ ਮੈਂ ਕਹਿ ਕੇ ਜਿਹੜੀ ਸੀ ਇਹਨਾਂ ਦੀ ਪਰੋਲ ਕਰਾਈ ਜਦੋਂ ਪਰੋਲ ਤੇ ਆਏ ਬਾਹਰ ਧੰਨਵਾਦ ਵੀ ਕੀਤਾ ਤੇ ਮੇਰੇ ਕੋਲ ਆਏ ਹੁਣ ਮੈਂ ਸਾਰੀਆਂ ਗੱਲਾਂ ਦੱਸਣਾ ਨੀ ਚਾਹੁੰਦਾ ਮੈਨੂੰ ਤੇ ਆਪ ਨੂੰ ਸ਼ਰਮ ਆਉਂਦੀ ਆ ਇਹ ਕਹਿੰਦੇ ਹੁਣ ਇਹਨਾਂ ਦੇ ਮੈਂ ਸੱਚ ਦੱਸਾਂ ਇਹਨਾਂ ਦੇ ਘਰ ਔਲਾਦ ਨੀ ਸੀ ਹੋ ਰਹੀ ਅੱਛਾ ਸ਼ਾਇਦ ਅਜੇ ਵੀ ਨਹੀਂ ਆ ਸ਼ਾਇਦ ਤੇ ਇਹ ਕਹਿੰਦੇ ਵੀ ਮੇਰੀ ਜਿਹੜੀ ਬੜੀ ਪ੍ਰੋਬਲਮ ਆ ਵੀ ਆਪਣੀ ਵਾਈਫ ਦਾ ਨਾ IVF ਜਿਹੜੇ ਅੱਜ ਕੱਲ ਬੱਚੇ ਹੁੰਦੇ ਆ ਹਾਂਜੀ ਕਹਿੰਦੇ ਆ ਕਿ ਮੈਂ ਉਹ ਇਲਾਜ ਕਰਾਉਣਾ ਤੇ ਸਾਨੂੰ ਮਦਦ ਦੀ ਲੋੜ ਆ ਮੈਂ ਭਾਈ ਕੁਝ ਸਿੰਘਾਂ ਨੂੰ ਬਾਹਰ ਅੰਦਰ ਕਿਹਾ ਮੈਂ ਕਿਹਾ ਵੀ ਇਹਦੀ ਜਿਹੜੀ ਆ ਮਦਦ ਕਰੋ ਇਹ ਸਿੰਘ ਦੀ ਤੇ ਬਾਹਰੋਂ ਉਹਨਾਂ ਨੇ ਜਿੰਨਾ ਪੈਸਾ ਲੱਗਣਾ ਸੀਗਾ ਅਮਰੀਕਾ ਤੋਂ ਯੂਰਪ ਤੋਂ ਉਹਨਾਂ ਨੇ ਇਹਨਾਂ ਨੂੰ ਸਿੱਧਾ ਭੇਜਿਆ ਜੀ ਇਹਨਾਂ ਨੂੰ ਭੇਜਿਆ ਤੇ ਫਿਰ ਇਹਨਾਂ ਦਾ ਡਾਕਟਰੀ ਇਲਾਜ ਹੋਇਆ ਫਿਰ ਇਹਨਾਂ ਦੀ ਕੋਈ ਜ਼ਮੀਨ ਸੀ ਉਹ ਛਡਾਉਣ ਵਾਸਤੇ ਕਹਿੰਦੇ ਵੀ ਸਾਡੀ ਜ਼ਮੀਨ ਆ ਕੋਈ ਉਹਦੇ ਵਾਸਤੇ ਸਾਨੂੰ ਚਾਹੀਦਾ ਮਦਦ ਚਾਹੀਦੀ ਮਤਲਬ ਜਿੰਨੀ ਹੋ ਸਕਦੀ ਸੀ ਤਾਂ ਹੀ ਮੈਂ ਕਿਹਾ ਕਦੇ 1-to-1 ਲਓ ਭਾਈ ਖੈੜਾ ਨੂੰ ਤੇ ਮੈਂ ਕੱਲੀ ਕੱਲੀ ਗੱਲ ਦਾ ਜਵਾਬ ਮੰਗੂ ਅੱਜ ਕੱਲ ਕੀ ਆ ਅੱਜ ਨਾ ਤਾਂ ਜਹੇਦਾਰ ਰੋਡੇ ਸਾਹਿਬ ਦਾ ਨਾ ਦਾਦੂਵਾਲ ਦਾ ਕੋਈ ਵਿਰੋਧ ਖੈੜਾ ਵੱਲੋਂ ਵਿਰੋਧ ਹੋ ਰਿਹਾ ਜਿਹੜਾ ਵਰਕ ਦਿੱਤਾ ਬਾਦਲਾਂ ਨੇ ਕਿਉਂਕਿ ਬਾਦਲ ਹੁਣ ਆਪ ਤਾਂ ਪੈਦਲ ਹੋ ਗਏ ਉਹਨਾਂ ਦੀ ਤਾਂ ਕੋਈ ਸੁਣਦਾ ਨਹੀਂ ਆ ਉਹਨਾਂ ਸੋਚਿਆ ਵੀ ਬੰਦੀ ਸਿੰਘਾਂ ਨੂੰ ਵਰਤ ਲਈਏ ਤੇ ਉਹਨਾਂ ਦੇ ਵਿੱਚੋਂ ਬਾਕੀ ਸਿੰਘ ਬੜੇ ਚੜ੍ਹਦੀ ਕਲਾ ਵਾਲੇ ਮੈਂ ਸਤਿਕਾਰ ਕਰਦਾ ਉਹਨਾਂ ਦਾ ਸਨਮਾਨ ਕਰਦਾ ਵਾ ਸਾਰਿਆਂ ਨੂੰ ਇੱਕੋ ਰੱਸੇ ਨੀ ਆਪਾਂ ਤੋਲ ਸਕਦੇ ਪਰ ਜਿਸ ਤਰੀਕੇ ਦੇ ਨਾਲ ਭਾਈ ਖੈੜਾ ਨੇ ਉਹਨਾਂ ਦੀ ਬਾਜਰੀ ਖਾ ਕੇ ਬਿਆਨਬਾਜ਼ੀ ਕੀਤੀ ਆ ਨਾ ਉਹਦੇ ਨਾਲ ਭਾਈ ਖੈੜਾ ਨੇ ਆਪਣੀ ਕੁਰਬਾਨੀ ਤੇ ਦਾਗ ਲਾਇਆ ਹੁਣ ਜਿਹੜੀਆਂ ਲਾਹਨਤਾਂ ਪੈ ਰਹੀਆਂ ਜਿੱਥੇ ਕਿੱਥੇ ਸਤਿਕਾਰ ਹੋ ਰਿਹਾ ਸੀ ਹੁਣ ਕੋਈ ਚੈਨਲ ਖੋਲ ਲਓ ਉਹਦੇ ਤੇ ਲਾਹਨਤਾਂ ਪੈ ਰਹੀਆਂ ਨੇ ਭਾਈ ਖੈੜਾ ਨੂੰ ਕਿੱਥੇ ਸਨਮਾਨ ਨਾਲ ਸਾਰੇ ਨਾਂ ਲੈਂਦੇ ਸੀਗੇ ਇਸ ਕਾਰਨ ਕਰਕੇ ਜਿਹੜਾ ਵੱਡਾ ਕਾਰਨ ਇਹਨਾਂ ਦਾ ਨਾਂ ਲੈਣ ਦਾ ਸੀ ਜਿਹੜਾ ਬਾਦਲਾਂ ਨੇ ਹੋਮਵਰਕ ਦਿੱਤਾ ਸੀ ਪਰ ਮੈਂ ਬਾਦਲਾਂ ਨੂੰ ਵੀ ਕਹਿਣਾ ਚਾਹੁੰਦਾ ਤੇ ਭਾਵੇਂ ਖੈੜੇ ਨੂੰ ਵਰਤ ਲਓ ਤੇ ਭਾਵੇਂ ਹੋਰ ਕਿਸੇ ਨੂੰ ਵਰਤ ਲਓ ਹੁਣ ਪੰਜਾਬ ਦੇ ਵਿੱਚ ਤੁਹਾਡੀ ਸਿਆਸਤ ਖਤਮ ਹੋ ਗਈ ਆ ਹੁਣ ਏਦਾਂ ਕਰਨ ਦੇ ਨਾਲ ਤੁਹਾਡੇ ਜਿਹੜਾ ਹੈਗਾ ਵਾ ਤੁਹਾਡੀ ਸਿਆਸਤ ਨੀ ਚਮਕਣੀ ਸਗੋਂ ਜਿਹੜਾ ਤੁਹਾਡੇ ਲਈ ਬੋਲੂ ਉਹ ਵੀ ਆਪਣਾ ਮਾਣ ਘਟਾਊਗਾ ਤੇ ਰਹੀ ਗੱਲ ਤੁਸੀਂ ਕਿਹਾ ਵੀ ਤੁਹਾਡਾ ਨਾਂ ਹੀ ਕਿਉਂ ਲਿਆ ਇਹ ਬਾਦਲਾਂ ਨੂੰ ਪਤਾ ਵਾ ਕਿ ਸਾਨੂੰ ਪੈਦਲ ਕਰਨ ਵਾਲੇ ਦਾਦੂਵਾਲ ਵਰਗੇ ਆ ਜਿਨ੍ਹਾਂ ਨੇ ਬਰਗਾੜੀ ਇਨਸਾਫ ਮੋਰਚਾ ਲਾ ਕੇ ਸਾਨੂੰ ਨੰਗਾ ਕੀਤਾ ਵੈਸੇ ਵੀ ਨੰਗਾ ਕੀਤਾ ਪ੍ਰਚਾਰ ਪ੍ਰਸਾਰ ਕਰਦਿਆਂ ਤਾਂ ਹੀ ਬਾਦਲ ਆਪਣੇ ਰਾਜ 'ਚ ਮੇਰੇ ਤੇ ਝੂਠੇ ਮੁਕੱਦਮੇ ਦਰਜ ਕਰਦੇ ਰਹੇ ਮੈਨੂੰ ਜੇਲ੍ਹਾਂ 'ਚ ਡੱਕਦੇ ਰਹੇ ਜੀ ਤੇ ਸੌਦਾ ਸਾਹਿਬ ਦੀਆਂ ਪੁਸਤ ਬਣਾਈ ਸੌਦਾ ਸਾਹਿਬ ਨਾਲ ਯਾਰੀਆਂ ਪਾਲਦੇ ਰਹੇ ਇਹਨਾਂ ਦਾ ਸਾਰਾ ਕੁਛ ਅਸੀਂ ਨੰਗਾ ਕੀਤਾ ਕਿ ਜਿਹੜਾ ਸਵਾਂਗ ਰਚਣ ਵਾਲਾ ਮੁਕੱਦਮਾ ਸੀ ਉਹ ਬਾਦਲਾਂ ਨੇ ਵਾਪਸ ਲਿਆ ਮਾਫ਼ੀਨਾਮਾ ਬਾਦਲਾਂ ਨੇ ਦਵਾਇਆ ਫਿਰ SDPC ਨੂੰ ਕਹਿ ਕੇ 90 ਲੱਖ ਤੋਂ ਵੱਧ ਇਸ਼ਤਿਹਾਰ ਜਿਹੜੇ ਸੀ ਉਹ TV ਚੈਨਲ ਅਖਬਾਰਾਂ ਨੂੰ ਦਵਾਏ ਜਿਹਦੀ ਅੱਜ ਸੁਖਬੀਰ ਸਿੰਘ ਬਾਦਲ ਮਾਫ਼ੀ ਮੰਗ ਚੁੱਕਿਆ ਅਕਾਲ ਤਖ਼ਤ ਸਾਹਿਬ ਤੇ ਕਿ ਹਾਂ ਅਸੀਂ ਇਹ ਗੁਣਾਹ ਕੀਤੇ ਆ ਸਾਰੇ ਗੁਣਾਹਾਂ ਦੀ ਮਾਫ਼ੀ ਮੰਗ ਰਿਹਾ ਹੁਣ ਮਾਫ਼ੀ ਮਿਲਣੀ ਨਹੀਂ ਮਿਲਣੀ ਇਹ ਪੰਥ ਦੇ ਪਾਲੇ ਚ ਗੇਂਦ ਪਰ ਉਹਨੇ ਸਾਰੇ ਗੁਣਾਹਾਂ ਦੀ ਮਾਫ਼ੀ ਮੰਗੀ ਆ ਹੁਣ ਜਿਹੜਾ ਬੰਦਾ ਖੁਦ ਗੁਨਾਹਗਾਰ ਆ ਉਹ ਏਦਾਂ ਕਿਸੇ ਨੂੰ ਵਰਤ ਕੇ ਤੇ ਆਪਣੇ ਆਪ ਨੂੰ ਸਰਵਾਈਵ ਕਰਨ ਦੀ ਕੋਸ਼ਿਸ਼ ਕਰੇ ਮੈਂ ਸਮਝਦਾ ਵੀ ਇਹ ਐਵੇਂ ਭੁਲੇਖੇ ਚ ਰਹਿਣ ਵਾਲੀ ਗੱਲ ਆ ਇਹ ਹੁਣ ਸੁਖਬੀਰ ਸਿੰਘ ਬਾਦਲ ਵੀ ਸੁਣ ਲੇ ਕਿ ਇਸ ਤਰ੍ਹਾਂ ਕਰਨ ਦੇ ਨਾਲ ਜਿਹੜਾ ਉਹ ਸਰਵਾਈਵ ਨਹੀਂ ਹੋ ਸਕਦਾ ਤੇ ਜਿਹੜੇ ਭਾਈ ਖੈੜੇ ਅਰਗੇ ਉਹ ਵੀ ਸੁਣ ਲੈਣ ਕੇ ਬਾਦਲਾਂ ਦੀ ਬਾਜਰੀ ਖਾ ਕੇ ਉਹਨਾਂ ਦੀ ਹਾਜ਼ਰੀ ਲਾ ਕੇ ਹੁਣ ਤੁਸੀਂ ਆਪਣੀ ਕੁਰਬਾਨੀ ਨੂੰ ਦਾਗ ਲਵਾ ਰਹੇ ਹੋ ਕਿਉਂਕਿ ਜਿਉਂ ਉਹਨਾਂ ਨੇ ਤੁਹਾਡੇ ਬਾਰੇ ਗੱਲ ਕੀਤੀ ਹੈ
ਸਰਦਾਰ ਸਿਮਰਨਜੀਤ ਸਿੰਘ ਮਾਨ ਬਾਰੇ ਗੱਲ ਕੀਤੀ ਹੈ, ਜਥੇਦਾਰ ਜਸਵੀਰ ਸਿੰਘ ਰੋਡੇ ਬਾਰੇ ਗੱਲ ਕੀਤੀ ਹੈ, ਭਾਈ ਅੰਮ੍ਰਿਤਪਾਲ ਸਿੰਘ ਬਾਰੇ ਗੱਲ ਕੀਤੀ ਹੈ, ਕਰੀਬ ਕਰੀਬ ਸਾਰਿਆਂ ਨੂੰ ਕਠਹਿਰੇ ਵਿੱਚ ਖੜਾ ਕਰ ਦਿੱਤਾ ਜੀ। ਅੰਮ੍ਰਿਤਪਾਲ ਜੀ ਕਹਿੰਦੇ ਸਿਰ ਦੇਣ ਦੀ ਗੱਲ ਕਰਦੇ ਸੀ, ਕਹਿੰਦੇ ਸਿਰ ਹੁਣ ਚਾਰ ਲੱਤਾਂ ਵਾਲੀ ਕੁਰਸੀ ਦੇ ਵਿੱਚ ਦੇਤਾ। ਮੇਰੇ ਖਿਆਲ ਦੇ ਵਿੱਚ ਇਹ ਸ਼ਬਦ ਜਿਹੜੇ ਨੇ ਨਹੀਂ ਸੀ ਕਹਿਣੇ ਚਾਹੀਦੇ, ਕਿਉਂਕਿ ਜਦੋਂ ਏਡਾ ਵੱਡਾ ਫਤਵਾ ਏਡੀ ਵੱਡੀ ਸੰਗਤ ਨੇ ਦਿੱਤਾ ਹੋਵੇ ਤੇ ਸਾਨੂੰ ਉਸ ਚੀਜ਼ ਨੂੰ ਕਿਤੇ ਨਾ ਕਿਤੇ ਯਾਦ ਰੱਖਣਾ ਚਾਹੀਦਾ। ਇਰਖਾ ਝਲਕਦੀ ਹੈ ਨਾ, ਦੇਖੋ ਦਵੈਸ਼ ਝਲਕਦੀ ਈਰਖਾ, ਕਿਉਂਕਿ ਇੱਕੋ ਪਿੰਡ ਦੇ ਆ। ਉਹ ਕਹਿੰਦਾ ਭਾਈ ਅੰਮ੍ਰਿਤਪਾਲ ਸਿੰਘ ਕੋਲੇ ਹੁਣ ਐਸ ਜੀ ਪੀ ਸੀ ਨੂੰ ਬਾਦਲਾਂ ਨੂੰ ਇਹੀ ਕਹਿੰਦਾ ਨਾ, ਕਹਿੰਦਾ ਉਹਦੇ ਕੋਲੇ ਮਰਸਡੀਜ਼ ਗੱਡੀ ਸੀ, ਉਹਦੇ ਕੋਲੇ ਫਾਰਚੂਨਰ ਗੱਡੀਆਂ ਸੀਗੀਆਂ, ਮੈਂ ਇੱਕ ਸਕਾਰਪੀਓ ਲਈ ਫਿਰਦਾ, ਮੈਨੂੰ ਵੀ ਫਾਰਚੂਨਰ ਲੈ ਕੇ ਦਿਓ। ਅੱਛਾ, ਤਾਂ ਕਰਕੇ ਹੁਣ ਇਹ ਬਾਦਲ ਜਿਹੜਾ ਹੈਫਡ ਕਰਕੇ ਉਹਨੂੰ ਏਦਾਂ ਬੁਲਾ ਕੇ ਵਰਤ ਕੇ ਤੇ ਉਹਨੂੰ ਜਿਹੜਾ ਹੈਗਾ ਸੁੱਖ ਦੇ ਸਾਧਨ ਦੇ ਰਹੇ ਆ। ਮੈਂ ਕਹਿਣਾ ਚਾਹੁੰਦਾ ਖਹਿੜਾ ਸਾਹਿਬ ਨੂੰ ਵੀ ਕੋਈ ਨੀ, ਚਾਰ ਦਿਨ ਬਾਜਰੀ ਖਾ ਲਓ, ਜਦੋਂ ਬਾਦਲਾਂ ਨੇ ਪੂੰਝ ਕੇ ਟਿਸ਼ੂ ਪੇਪਰ ਵਾਂਗੂ ਸਿੱਟ ਤਾ ਨਾ, ਉਦੋਂ ਤੁਹਾਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋਊਗਾ ਕਿ ਮੈਂ ਪੰਥ ਦੇ ਬਾਰੇ ਜਾਂ ਪੰਥਕ ਬੰਦਿਆਂ ਦੇ ਬਾਰੇ। ਅੱਜ ਉਹਨਾਂ ਨੇ ਸਾਰਿਆਂ ਨੂੰ ਕਟਹਿਰੇ ਚ ਖੜਵਾਇਆ, ਸਿਰਫ ਬਾਦਲਾਂ ਨੂੰ ਜਿਨ੍ਹਾਂ ਤੋਂ ਖਤਰਾ, ਉਹਨਾਂ ਸਾਰਿਆਂ ਦਾ ਨਾਂ ਖਹਿੜੇ ਦੀ ਜ਼ਬਾਨ ਤੇ ਪਾ ਕੇ ਉਹਨੂੰ ਹੋਮਵਰਕ ਦੇ ਕੇ ਜਿਹੜਾ ਬਾਬਾ ਬਕਾਲਾ ਸਾਹਿਬ ਬੁਲਾਇਆ ਵਾ, ਪਰ ਖਹਿੜੇ ਨੂੰ ਵੀ ਸੋਝੀ ਆਊਗੀ ਜਿੱਦਣ ਬਾਦਲਾਂ ਨੇ ਪੂੰਝ, ਕਿਉਂਕਿ ਬਾਦਲਾਂ ਦੇ ਚੱਬੇ ਕਦੇ ਹਰੇ ਨਹੀਂ ਹੋਏ, ਬਾਦਲਾਂ ਦੇ ਚੱਬੇ ਬਾਦਲਾਂ ਦੇ ਚੱਟੇ ਕਦੇ ਹਰੇ ਨਹੀਂ ਹੋਏ। ਪਰ ਬਾਦਲਾਂ ਨੇ ਤਾਂ ਤੁਹਾਨੂੰ ਵੀ ਬਹੁਤ ਚੱਬਿਆ ਸੀ। ਹਾਂ ਤੇ ਮੈਂ ਤਾਂ ਹੀ ਕਹਿ ਰਿਹਾ ਨਾ ਕਿ ਬਾਦਲਾਂ ਦੇ ਚੱਟੇ ਨਹੀਂ, ਇਹਨਾਂ ਨੂੰ ਤਾਂ ਬਾਦਲਾਂ ਨੇ ਚੱਟਿਆ ਨਾ ਜੀ, ਇਹਨਾਂ ਨੂੰ ਤਾਂ ਚੱਬਿਆ, ਸਾਨੂੰ ਤਾਂ ਤਸੀਹੇ ਦਿੱਤੇ, ਸਾਨੂੰ ਤਾਂ ਜੇਲ੍ਹਾਂ 'ਚ ਡੱਕਿਆ, ਸਾਡੇ ਤੇ ਤਾਂ ਮੁਕੱਦਮੇ ਦਰਜ ਕੀਤੇ ਨਾ। ਇੱਕ ਇੱਕ ਫੋਟੋ ਕੱਲ ਦੀ ਹੋਰ ਬੜੀ ਵੱਡੇ ਪੱਧਰ ਤੇ ਵਾਇਰਲ ਹੋ ਰਹੀ ਹੈ ਕਿ ਭਾਈ ਬਲਵਿੰਦਰ ਸਿੰਘ ਪੱਖੋਂ ਕੇ 1 ਲੱਖ ਰੁਪਈਏ ਦਾ ਚੈੱਕ ਫੜਾ ਰਹੇ ਨੇ, ਉਹ ਮੇਰੇ ਖਿਆਲ ਕਿਸੇ ਜਥੇਬੰਦੀ ਵੱਲੋਂ ਸੀ ਚੈੱਕ, ਉਹ ਵੀ ਫੋਟੋ ਕਾਫੀ ਵਾਇਰਲ ਹੋ ਰਹੀ ਹੈ ਤੇ ਲੋਕ ਕਹਿੰਦੇ ਸਾਰਾ ਕੁਝ ਹਜ਼ਮ ਹੋ ਗਿਆ ਨਾ ਹੁਣ, ਜਿਹੜਾ ਪਹਿਲਾਂ ਖੈੜਾ ਨੇ ਲਿਆ ਸਾਰਾ ਕੁਝ, ਚਾਹੇ ਉਹ ਪੱਖੋਂ ਕੇ ਦੇ ਰਿਹਾ, ਚਾਹੇ ਵਿਦੇਸ਼ਾਂ ਚੋਂ, ਚਾਹੇ ਡੋਡੇ ਸਾਹਿਬ ਨੇ, ਚਾਹੇ ਅਸੀਂ ਮਦਦ ਕੀਤੀ, ਚਾਹੇ ਕਿਸੇ ਹੋਰ, ਉਹ ਸਾਰਾ ਕੁਝ ਹਜ਼ਮ ਹੋ ਗਿਆ। ਹੁਣ ਬਾਦਲਾਂ ਦੀ ਬਾਜਰੀ ਜਿਹੜੀ ਉਹ ਖਾਣੀ ਸ਼ੁਰੂ ਕਰਦੀ ਨਾ, ਕਿਉਂਕਿ ਉਹ ਦੇ ਵੀ ਵੱਧ ਸਕਦੇ ਆ, ਕਿਉਂਕਿ ਉਹਨਾਂ ਕੋਲ ਸਰਮਾਇਆ ਪੰਥ ਦਾ ਅਰਬਾਂ ਦੇ ਵਿੱਚ ਬਜਟ ਹੈ SGPC ਕੋਲ ਜੀ। ਹੁਣ ਆਪ ਦੱਸ ਰਿਹਾ ਕਿ ਹੁਣ ਕਹਿੰਦਾ ਸਾਡੀ ਬਾਦਲਾਂ ਨੇ ਮਦਦ ਕੀਤੀ, ਮੈਂ ਪੁੱਛਣਾ ਚਾਹੁੰਦਾ ਖਹਿੜਾ ਨੂੰ ਕਿ ਸ਼ਰਮ ਨੂੰ ਹੱਥ ਮਾਰ ਭਲਿਆ ਮਾਨਸਾ, ਬਾਦਲ ਤਾਂ 97 ਚ ਆ ਗਏ ਸੀਗੇ, ਤੂੰ ਕਹਿੰਦਾ ਮੈਂ ਜਿੱਦਣ ਪਹਿਲੀ ਵਾਰ ਪਰੋਲ ਤੇ ਆਇਆ ਮੇਰੇ ਘਰੇ ਇਹ 7 ਚੋਂਦੀ ਸੀਗੀ, ਬਾਦਲਾਂ ਦੀ 3 ਵਾਰ ਸਰਕਾਰ ਰਹੀ, ਤੇਰੀ 7 ਨਾ ਉਹਨਾਂ ਨੇ ਚੋਣੋਂ ਹਟਾਤੀ, ਤੈਨੂੰ ਉਦੋਂ ਨਾ ਉਹਨਾਂ ਨੇ ਮਦਦ ਦਿੱਤੀ ਕਿਉਂਕਿ ਉਹ ਸੱਤਾ ਸੀ, ਜਦੋਂ ਅੱਜ ਉਹਨਾਂ ਦੀ ਸੱਤਾ ਚਲੇ ਗਈ ਆ ਤਾਂ ਉਹ ਪੰਥਕ ਮੁੱਦਿਆਂ ਨੂੰ ਹੱਥ ਪਾ ਕੇ ਸਰਵਾਈਵ ਹੋਣਾ ਚਾਹੁੰਦੇ ਆ। ਤੇਰੀ ਛੱਤ ਤਾਂ ਪੰਥ ਨੇ ਪਾਈ, ਕੌਮ ਨੇ ਪਾਈ, ਤੈਨੂੰ ਘਰ ਪਾ ਕੇ ਦਿੱਤਾ, ਤੈਨੂੰ ਸਾਧਨ ਜਿਹੜਾ ਜੋ ਕੁਛ ਸੀ ਤੇਰਾ ਹੌਸਪੀਟਲ ਚ, ਮੈਂ ਖੁਦ ਗੁਰੂ ਨਾਨਕ ਹੌਸਪੀਟਲ ਅੰਮ੍ਰਿਤਸਰ ਦਾ ਪਤਾ ਲੈਣ ਗਿਆ, ਫਿਰ ਰਿਕਾਰਡ ਦੇ ਵਿੱਚ ਮੈਂ ਗਿਆ, ਉਹ ਵੀ ਫੋਟੋ ਮੈਂ ਤੁਹਾਨੂੰ ਨਸ਼ਰ ਕਰ ਦਿਆਂਗਾ, ਔਰ ਇਹਨਾਂ ਦੇ ਫੋਨ ਆਏ ਸਾਡੀ ਮਦਦ ਕਰੋ, ਜਿੰਨੀ ਹੋ ਸਕਦੀ ਮਦਦ ਵੀ ਕੀਤੀ ਮੈਂ ਆਪਣੇ ਕੋਲੋਂ ਜੀ। ਔਰ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਖਹਿੜੇ ਨੂੰ ਤੁਸੀਂ ਨਾ ਅਸਲ ਆਨੰਦ ਤਾਂ ਹੀ ਆਉਂਦਾ 1-to-1 ਜੇ ਕਿਤੇ ਨਾਲ ਲੈ ਲਓ ਨਾ ਖਹਿੜੇ ਨੂੰ ਜੀ, ਤਾਂ ਫਿਰ ਮੈਂ ਖਹਿੜੇ ਨੂੰ ਇੱਕ ਇੱਕ ਗੱਲ ਦਾ ਲੇਖਾ ਜਿਹੜਾ ਸਾਹਮਣੇ ਜਿਹੜਾ ਹੈਗਾ ਨਾ ਡਿਬੇਟ ਦੇ ਵਿੱਚ ਤਾਂ ਫਿਰ ਪੁੱਛਾਂ ਜੀ, ਦੱਸ ਭਾਈ ਖਹਿੜਾ ਇਹ ਤਾਂ ਲੋਕਾਂ ਨੇ ਕਮੈਂਟ ਦੇ ਵਿੱਚ ਕਾਫੀ ਦੇਖੋ ਸਵਾਲ ਕੀਤੇ ਆ। ਦੇਖੋ ਮੈਂ ਅੱਜ ਵੀ ਕਹਿਣਾ ਕਿ ਉਹਨਾਂ ਦੀ ਕੁਰਬਾਨੀ ਨੂੰ ਸਜਦਾ ਹੈ, ਪਰ ਉਹਨਾਂ ਦੀ ਜਿਹੜੀ ਸਪੀਚ ਹੈ ਨਾ ਕਾਫੀ ਸਿੱਖ ਪੰਥ ਦੇ ਹਿਰਦਿਆਂ ਦੇ ਉੱਪਰ ਨਾ ਇੱਕ ਲਵਾ ਲਿਆ ਉਹਨਾਂ ਨੇ, ਦੇਖੋ ਨਾ ਹੁਣ ਬਾਕੀ ਬੰਦੀ ਸਿੰਘਾਂ ਤੇ ਵੀ ਅਸਰ ਪੈਂਦਾ ਇਹੋ ਹੀ ਗੱਲਾਂ ਦਾ, ਉਹ ਇੰਨੇ ਸਤਿਕਾਰਯੋਗ ਸਿੰਘ ਆ, ਕਦੇ ਤੁਸੀਂ ਇੰਟਰਵਿਊ ਕਰਿਓ ਜਾ ਕੇ ਭਾਈ ਗੁਰਮੀਤ ਸਿੰਘ ਜੀਨੀਅਰ ਦੀ ਪਟਿਆਲੇ ਹੁਣ ਆਏ ਆ ਰਿਹਾ ਹੋ ਕੇ ਜੀ, ਕਦੇ ਉਹਨਾਂ ਦੀ ਤੁਸੀਂ ਜਾ ਕੇ ਨਾ ਇੰਟਰਵਿਊ ਕਰਿਓ, ਕਿੱਡੇ ਸੱਚੇ ਸੁੱਚੇ ਸਿੱਖ ਆ, ਕਿੱਡੀ ਗਰੀਬੀ ਚ ਉਹਨਾਂ ਦਿਨ ਕੱਟੇ, ਜਦੋਂ ਪਰੋਲ ਤੇ ਆਉਣਾ ਰਿਕਸ਼ਾ ਚਲਾ ਕੇ ਆਪਣੀ ਮਾਂ ਦੀ ਦਵਾਈ ਲਈ ਪੈਸੇ ਇਕੱਠੇ ਕਰਕੇ ਜਾਂਦੇ ਜੀ। ਦੇਖੋ ਤੁਸੀਂ ਇਹੋ ਜਿਹੇ ਸਿੱਖ ਜਿਹਨਾਂ ਕੁਰਬਾਨੀ ਵੀ ਕੀਤੀ, ਕਿਰਤ ਵੀ ਕੀਤੀ ਤੇ ਕਦੇ ਉਫ ਤੱਕ ਨਹੀਂ ਕੀਤੀ,
ਤੇ ਖੈੜਾ ਸਾਹਿਬ ਦਾ ਹੁਣ ਨਾ ਉਹ ਈਰਖਾ ਦਾ ਜਿਹੜਾ ਸ਼ਿਕਾਰ ਹੋ ਗਏ ਅੰਮ੍ਰਿਤਪਾਲ ਸਿੰਘ ਦੇ ਨਾਲ, ਵੀ ਮੇਰੇ ਪਿੰਡ ਦਾ ਮੁੰਡਾ ਕੱਲ ਆਇਆ ਤੇ ਅੱਜ ਉਹ MP ਵੀ ਬਣ ਗਿਆ ਤੇ ਅੱਜ ਐਂ ਵੀ ਸਾਧਨ ਵੀ ਇੱਦਾਂ ਆ ਗਏ ਤੇ ਮੈਂ ਇੰਨੇ ਸਾਲ ਜੇਲ੍ਹ ਕੱਟ ਕੇ ਵੀ ਇੱਦਾਂ, ਇਸ ਕਾਰਨ ਕਰਕੇ ਅੱਜ ਉਹ ਈਰਖਾ ਦੇ ਵਿੱਚ ਜਿਹੜਾ ਜਾਂ ਜਿਹੜਾ ਬਾਦਲਾਂ ਨੇ ਵਰਕ ਦਿੱਤਾ ਵੀ ਆਹ ਬੰਦੇ ਪੰਥ ਚੋਂ ਲੀਡ ਕਰਨ ਦੀ ਤਿਆਰੀ ਕਰ ਰਹੇ ਆ, ਇਹ ਬੰਦੇ ਗਾਂ SGPC ਲੜਨ ਦੀ ਤਿਆਰੀ ਕਰ ਰਹੇ ਆ, ਇਹ ਅਕਾਲੀ ਦਲ ਦੀ ਜਿਹੜੀ ਸਪੇਸ ਖਾਲੀ ਹੋਈ ਉਹਨੂੰ ਭਰਨ ਦੀ ਤਿਆਰੀ ਕਰ ਰਹੇ ਆ, ਤੇ ਤੁਸੀਂ ਇਹਨਾਂ ਨੂੰ ਡੈਮੇਜ ਕਰੋ ਤਾਂ ਇਹਨਾਂ ਦੇ ਕੋਲੋਂ। ਮੈਂ ਕਹਿਣਾ ਚਾਹੁੰਦਾ ਖੈੜਾ ਸਾਹਿਬ, ਤੇਰੀ ਰਿਹਾਈ ਬਾਦਲਾਂ ਨਹੀਂ ਕਰਾਈ, ਤੇਰੀ ਰਿਹਾਈ ਜਿਹੜੀ ਆ ਪੰਥ ਨੇ ਪਰੋਲ ਤੇ ਕਰਾਈ ਆ, ਜਿਹੜੀ ਪਰੋਲ ਮਿਲਦੀ ਆ ਬਾਪੂ ਸੂਰਤ ਸਿੰਘ ਦਾ ਸੰਘਰਸ਼ ਆ, ਤੇ ਭਾਈ ਗੁਰਬਖਸ਼ ਸਿੰਘ ਨੇ ਜਾਨ ਦੇ ਦਿੱਤੀ ਆਪਣੀ ਠਸਕਾਲੀ ਨੇ, ਇਹ ਉਹਨਾਂ ਦੇ ਆ। ਤੁਸੀਂ ਤਾਂ ਕਿਰਤ ਘਣ ਨਿਕਲਿਆ, ਤੂੰ ਤਾਂ ਭਾਈ ਖੈੜਾ ਕੇ ਤੂੰ ਉਹਨਾਂ ਦੀ ਕੁਰਬਾਨੀ ਜਿਹੜੀ ਛੱਡ ਕੇ ਤੂੰ ਤਾਂ, ਨਾਲੇ ਉੱਥੋਂ ਹੀ ਸਪਸ਼ਟ ਹੋ ਜਾਂਦਾ ਜਿਹੜਾ ਉੱਥੇ ਸਟੇਜ ਤੇ ਸੁਖਬੀਰ ਸਿੰਘ ਬਾਦਲ ਨੂੰ ਕਹਿ ਰਿਹਾ ਪ੍ਰਧਾਨ ਜੀ ਪ੍ਰਧਾਨ ਜੀ, ਤੇ ਵਿਕਰਮ ਮਜੀਠੀਆ ਨੂੰ ਕਹਿ ਰਿਹਾ ਵਾ ਕਿ ਮਾਝੇ ਦਾ ਜਰਨੈਲ ਆ ਜੀ। ਹੁਣ ਮਾਝੇ ਦਾ ਜਰਨੈਲ ਕਿਤੇ ਐਵੇਂ ਦੱਸੋ, ਹੁਣ ਵਿਕਰਮ ਮਜੀਠੀਆ ਕਿਹੜੇ ਮਾਝੇ ਦਾ ਜਰਨੈਲ ਆ ਮੈਨੂੰ ਦੱਸੋ। ਧੀਆਂ ਦੇ ਡੋਲੇ ਦੇ ਕੇ ਅਕਬਰ ਦੇ ਕੋਲੋਂ ਜਿਹੜਾ ਸੀਗਾ ਰਾਜ ਭਾਗ ਲੈਂਦੇ ਸੀ ਰਾਜਪੂਤ, ਤੇ ਜੇ ਧੀਆਂ ਦੇ ਡੋਲੇ ਦੇ ਕੇ ਜਰਨੈਲ ਬਣਦੇ ਫਿਰ ਤਾਂ ਤੁਸੀਂ ਕਹਿ ਸਕਦੇ ਹੋ। ਵਿਕਰਮ ਮਜੀਠੀਆ ਦੀ ਕੁਰਬਾਨੀ ਕੀ ਇਹੀ ਹੈ ਕਿ ਉਹਦੀ ਭੈਣ ਸੁਖਬੀਰ ਸਿੰਘ ਬਾਦਲ ਨੂੰ ਵਿਆਹੀ ਆ, ਠੀਕ ਆ ਨਾ। ਇਸ ਕਾਰਨ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਇੱਦਾਂ ਮਾਝੇ ਦੇ ਜਰਨੈਲ ਨੀ, ਮਾਝੇ ਦੇ ਜਰਨੈਲ ਸੀ ਬਾਬਾ ਦੀਪ ਸਿੰਘ, ਮਾਝੇ ਦੇ ਜਰਨੈਲ ਸੀ ਬਾਬਾ ਬੋਤਾ ਸਿੰਘ ਗਰਜਾ ਸਿੰਘ ਹੋਣੀ ਜੀ, ਮਾਝੇ ਦੇ ਜਰਨੈਲ ਸੀ ਭਾਈ ਤਾਰੂ ਸਿੰਘ ਵਰਗੇ ਜੀ, ਉਹ ਸੀ ਮਾਝੇ ਦੇ ਜਰਨੈਲ। ਇਹ ਜਿਹੜੇ ਅੱਜ ਧੀਆਂ ਦੇ ਡੋਲੇ ਦੇ ਕੇ ਅੱਜ ਉਹਨਾਂ ਨੂੰ ਜਰਨੈਲ ਕਹੀ ਜਾਂਦੇ, ਦੱਸੋ ਇਹੋ ਜੀ ਇਹਨਾਂ ਨੇ ਆਪਣੀ ਕੁਰਬਾਨੀ ਨੂੰ ਦਾਗ ਲਵਾਉਣਾ ਸੀ। ਅਸੀਂ ਤਾਂ ਫੇਰ ਵੀ ਚਲੋ ਭਾਵੇਂ ਕੁਛ ਕੀਤਾ ਨਹੀਂ ਕੀਤਾ, ਪਰ ਜ਼ਿੰਦਗੀ ਦੇ 20-25 ਸਾਲ 20-30 ਸਾਲ ਜੇਲ੍ਹ 'ਚ ਕੱਟੇ ਆ ਜੀ, ਅਸੀਂ ਤਾਂ ਉਹਦੇ ਕਰਕੇ ਇਹਨਾਂ ਦੀ ਮਦਦ ਕਰਦੇ, ਉਹਨਾਂ ਦਾ ਸਨਮਾਨ ਕਰਦੇ, ਪਰ ਉਹਨਾਂ ਨੇ ਆਪਣੀ ਕੁਰਬਾਨੀ ਤੇ ਆਪ ਦਾਗ ਲਵਾ ਲਿਆ। ਪਰ ਸਭ ਤੋਂ ਵੱਡੀ ਗੱਲ ਪੰਥ ਨੂੰ, ਪੰਜਾਬ ਨੂੰ, ਦੁਨੀਆਂ ਨੂੰ ਸਮਝ ਆ ਰਹੀ ਆ ਕਿ ਜਿਨ੍ਹਾਂ ਨੇ ਸਟੇਜ ਦਿੱਤੀ, ਜਿਨ੍ਹਾਂ ਨੇ ਮਾਈਕ ਦਿੱਤਾ, ਉਹਨਾਂ ਨੇ ਜਿਹੜੀ ਬਾਜਰੀ ਪਾਈ ਉਹਦੀ ਹਾਜ਼ਰੀ ਭਰੀ ਜਾ ਰਹੀ। ਜਿਹੜਾ ਵਰਕ ਦਿੱਤਾ ਸੀ ਉਹ ਖੈੜਾ ਸਾਹਿਬ ਨੇ ਕਰਕੇ ਆਪਣੀ ਕੁਰਬਾਨੀ ਨੂੰ ਅੰਕਿਤ ਕੀਤਾ। ਤੁਹਾਡਾ ਧੰਨਵਾਦ ਜੀ, ਤੁਸੀਂ ਕਾਫੀ ਜਾਣਕਾਰੀਆਂ ਮੁਹੱਈਆ ਕਰਵਾਈਆਂ ਨੇ। ਸੋ ਸਵਾਲ ਮਨ ਦੇ ਵਿੱਚ ਕਾਫੀ ਸੀ ਪਰ ਸਮਾਂ ਦੀਆਂ ਘੜੀਆਂ ਸਾਨੂੰ ਰੋਕਦੀਆਂ ਨੇ, ਜਰੂਰ ਜਲਦੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਖਾਤੇ ਜੀ।